ਪੁੜਸ ਪੀਐਸਸੀ ਵੀ ਅਪਡੇਟ ਤੇ ਤੁਹਾਡਾ ਸਭ ਦਾ ਸਵਾਗਤ ਲੈ ਕੇ ਹਾਜ਼ਰ ਹੋਇਆ ਛੇਵੀਂ ਕਲਾਸ ਦਾ ਐਸਐਸਟੀ ਦਾ ਸੈਂਪਲ ਪੇਪਰ ਟੈਲੀਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ ਟੈਲੀਗ੍ਰਾਮ ਨੂੰ ਜੁਆਇਨ ਕਰਕੇ ਰੱਖੋ ਜਿਵੇਂ ਆਪਣਾ ਪੇਪਰ ਤੋਂ ਇੱਕ ਅੱਧਾ ਦਿਨ ਪਛਦਾ ਏ ਆਪਾਂ ਸੋਲਵ ਕਰਕੇ ਤੁਹਾਨੂੰ ਇੱਕ ਜਿਹੜਾ ਪੇਪਰ ਪ੍ਰੋਵਾਈਡ ਕਰਵਾਵਾਂਗੇ ਜਿੰਦੇ ਵਿੱਚੋਂ ਤੁਹਾਡਾ 70% ਪੇਪਰ ਜਿਹੜਾ ਏ ਉਹ ਬਣ ਕੇ ਆ ਸਕਦਾ ਹੈ ਠੀਕ ਹੈ ਇਸ ਲਈ ਟੈਲੀਗ੍ਰਾਮ ਜਿਹੜਾ ਇਹ ਉਹ ਜ਼ਰੂਰ ਜੁਆਇਨ ਕਰਕੇ ਰੱਖਿਆ ਜਾਵੇ ਤੇ ਕਿਸੇ ਪੇਪਰ ਤੇ ਡਿਪੈਂਡ ਨਾ ਰਿਹਾ ਜਾਵੇ ਤੁਹਾਨੂੰ ਸੋਲੂਸ਼ਨ ਜਿਹੜਾ ਇਹ ਉਹ ਪ੍ਰੋਪਰਲੀ ਇੱਕ ਵੀਡੀਓ ਜਿਹੜੀ ਆ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਬਣਾ ਕੇ ਪ੍ਰੋਵਾਈਡ ਕਰਵਾ ਦੇਾਂਗੇ ਠੀਕ ਹੈ ਵੀ ਇੱਕ ਸੈਂਪਲ ਪੇਪਰ ਆ ਇਸ ਨੂੰ ਵੀ ਚੈੱਕ ਕਰ ਸਕਦੇ ਜੇ ਠੀਕ ਹੈ ਤੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਮੋਡਲ ਟੈਸਟ ਪੇਪਰ ਦੇ ਨਾਲ ਤੇ ਤੁਸੀਂ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਘੰਟੀ ਦੇ ਬਟਨ ਨੂੰ ਆਨ ਕਰਕੇ ਰੱਖੋ ਆਪਣਾ ਪੇਪਰ ਜਿਹੜਾ ਹੈ ਹਰ ਇੱਕ ਦਾ ਅਲੱਗ-ਅਲੱਗ ਹੋਊਗਾ ਠੀਕ ਹੈ ਕਿਉਂਕਿ ਟੀਚਰ ਵਾਲਾ ਪੇਪਰ ਤਿਆਰ ਹੋਊਗਾ ਇਸ ਲਈ ਕਈ ਵਾਰ ਟੀਚਰ ਜਿਹੜੇ ਸੈਂਪਲ ਪੇਪਰ ਹੀ ਬਣਾ ਬਣਾ ਕੇ ਪਵਾ ਦਿੰਦੇ ਆ ਠੀਕ ਹੈ ਨਾ ਕਿਉਂਕਿ ਇਹਨਾਂ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਕਾਫੀ ਪੇਪਰ ਤਿਆਰ ਕਰਨੇ ਹੁੰਦੇ ਆ ਇਸ ਲਈ ਸੈਂਪਲ ਪੇਪਰ ਨੂੰ ਹੀ ਪਾ ਦਿੰਦੇ ਨੇ ਇਸ ਲਈ ਜਿਹੜਾ ਸੈਂਪਲ ਪੇਪਰ ਮਿਸਰ ਨਾ ਕਰੋ ਕੋਈ ਵੀ ਠੀਕ ਹੈ ਨਾ ਚੈੱਕ ਕਰ ਲਓ ਤੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਮੋਡਲ ਟੈਸਟ ਪੇਪਰ ਦੇ ਨਾਲ ਤੇ ਅਗਲੀ ਵੀਡੀਓ ਤੇ ਨਾਲ ਕੁਆਲਿਟੀ ਥੋੜੀ ਜੀ ਜਿਹੜੀ ਜ ਦਿੱਕਤ ਹੋਊਗੀ ਠੀਕ ਹੈ ਨਾ ਕਿਸੇ ਟੀਚਰ ਵੱਲੋਂ ਜਿਹੜੇ ਆਨਸਰ ਜਿਹੜੇ ਆ ਉਹ ਆਪ ਲੱਭੇ ਨੇ ਇਸ ਲਈ ਉਹ ਕੁਆਲਿਟੀ ਆਨਸਰ ਇਸ ਵੀਡੀਓ ਵਿੱਚ ਨਹੀਂ ਇੰਨੀ ਜ਼ਿਆਦਾ ਕਿਤੇ ਕਿਤੇਗੀ ਉਸ ਲਈ ਮਾਫੀ ਚਾਹੁੰਦੇ ਆ ਪਰ ਜਿਵੇਂ ਹੋ ਸਕਿਆ ਸੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ ਹੈ ਠੀਕ ਹੈ ਤੇ ਬਾਕੀ ਮਿਲਦੇ ਆਪ ਅਗਲੀ ਵੀਡੀਓ ਦੇ ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਠੀਕ ਹੈ ਨਾ ਮੇਰੇ ਭਰਾ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ چلਤੀ ਹੀ